ਅਸਲਾਮੁਅਲੈਕੁਮ ਦੋਸਤੋ, ਰਾਸ਼ਦ ਕਮਾਲ ਆਰਟਿਸਟ ਦੇ ਚੈਨਲ ਵੱਲੋਂ ਤੁਹਾਨੂੰ ਸਾਰਿਆਂ ਨੂੰ ਖੁਸ਼ ਆਮਦੀਦ। ਸਾਡਾ ਡਰਾਮਾ 7 ਫਰਵਰੀ ਤੋਂ ਡਰਾਮਾ ਸਾਡਾ ਅੱਜ ਤੋਂ ਸ਼ੁਰੂ ਹੋ ਰਿਹਾ, ਜਸ਼ਨ ਏ ਬਹਾਰਾਂ। ਅਤੇ ਜਸ਼ਨ ਏ ਬਹਾਰਾਂ ਤੁਹਾਨੂੰ ਪਤਾ ਹੈ ਕਿ ਫੈਸਲਾਬਾਦ 'ਚ ਬਸੰਤ ਵੀ ਹੈ ਅਤੇ ਔਰ ਜਸ਼ਨ ਏ ਬਹਾਰਾਂ ਵੀ ਹੈ, ਸਮਝ ਲਓ ਸਾਡੇ ਵਾਸਤੇ। ਅਤੇ ਜਸ਼ਨ ਇਸ ਟਾਈਮ ਮੌਸਮ ਖੁੱਲ੍ਹਿਆ, ਬੜਾ ਮੌਸਮ ਪਿਆਰਾ ਹੋਇਆ, ਸਾਡਾ ਡਰਾਮਾ ਜਿਹੜਾ ਬੜਾ ਖੂਬਸੂਰਤ, ਅਸੀਂ ਉਹਦੀ ਤਿਆਰੀ ਕਰ ਰਹੇ ਹਾਂ। ਇਸ ਟਾਈਮ ਅਸੀਂ ਡਰਾਮੇ ਦੀ ਰਿਹਰਸਲ ਵਾਸਤੇ ਇਕੱਠੇ ਹੋਏ ਸੀ ਅਤੇ ਨਾਲ ਸਾਡੇ ਸੀ ਫਰੀਆ। ਪ੍ਰਿਆ, ਤੁਹਾਨੂੰ ਪਤਾ ਹੀ ਹੈ ਕਿ ਫਰੇਮ ਇਸ ਤਰ੍ਹਾਂ ਦਾ ਕਿ ਜਦੋਂ ਵੀ ਇਹ ਸਕਰੀਨ ਦੇ ਅੱਗੇ ਆ ਜਾਂਦੀ ਹੈ, ਇੱਕ ਵਾਰੀ ਪਤਾ ਲੱਗ ਜਾਂਦਾ ਕਿ ਯਾਰ ਸਕਰੀਨ ਦੇ ਵਿੱਚ ਕੋਈ ਫੇਸ ਆਇਆ, ਇੰਗਲਿਸ਼ ਫੇਸ ਆਇਆ। ਨਾਲ ਹੈ ਸਾਡੇ ਫੈਸਲ ਰਾਮਾ। ਹਾਂ ਜੀ, ਫੈਸਲ ਰਾਮੇ ਨਜ਼ਰ ਵਟੂ ਹੈ ਨਾ ਸਾਹਿਬ। ਫੈਸਲ ਰਾਮੇ, ਤੁਸੀਂ ਇਹ ਵੇਖੋ, ਇਹਦਾ ਮੂੰਹ ਐ ਹੀ ਵੀ ਦੌਲੇ ਸ਼ਾਹ ਦਾ ਚੂਹਾ ਤੇ ਚੰਗਾ ਜਵਾਨ ਹੋ ਗਿਆ। ਹਮ ਫੈਸਲ ਸਾਹਿਬ ਦਾ ਇਹਦਾ ਨਾਮ ਡੱਡੂ ਰੱਖਾ ਹੋਇਆ ਹੈ ਕਿਉਂਕਿ ਇਸ ਨਾਮ ਸੇ ਮਸ਼ਹੂਰ ਹੈ ਇਹ ਫੈਸਲਾ। ਨਹੀਂ, ਡੱਡੂ ਨਾਮ, ਡੱਡੂ ਨਹੀਂ, ਡੱਡੂ ਨਹੀਂ ਕਹਿਣਾ ਚਾਹੀਏ ਕਦੇ। ਨਹੀਂ, ਕਿਤੇ ਪਿਆਰੇ ਗੋਲ ਗੱਪੇ ਸੀ ਨਾ, ਕਿਤੇ ਕਿਊਟ ਸੇ, ਕਵੀਟ 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 ਉਹ ਤਾਂ ਕੋਈ ਕੋਈ ਚੜਾਉਂਦਾ ਸੀ, ਅਸੀਂ ਤਾਂ ਯਕੀਨ ਕਰੋ ਗਾਟੀਆਂ ਵਿੱਚ ਬਹੁਤ ਖੇਲਦੇ ਸੀ, ਕਿਉਂਕਿ ਸਾਡੇ ਕੋਈ ਐਡਾ ਕੁ ਟੋਟਾ ਹੁੰਦਾ ਸੀ ਗਾਟੀ, ਉਹਦੇ ਨਾਲ ਅੱਗੇ ਤੁੱਕਾ ਬੰਨ ਕੇ, ਤੁੱਕਾ ਬੜਾ ਸੋਹਣਾ, ਉਹਦੇ ਨਾਲ ਡੋਰ ਦੀ ਗੰਢ ਬੜੀ ਖੂਬਸੂਰਤ ਬੰਨੀ ਜਾਂਦੀ ਸੀ। ਹਾਂਜੀ, ਤੇ ਉਹ ਇਸ ਕਰਕੇ ਨਾ ਉਹ ਬੰਨ ਕੇ ਉਹਦੇ ਨਾਲ ਗਾਟੀਆਂ ਵਿੱਚ ਜ਼ਿਆਦਾ ਖੇਡਦੇ, ਰਗੜੇ ਰਗੜੇ ਵੀ ਖੇਡਦੇ ਹੁੰਦੇ ਸੀ। ਰਗੜੇ ਉਹ ਹੁੰਦੇ ਸੀ ਕਿ ਜਦੋਂ ਵੀ ਖੇਡਦੇ ਸੀ ਨਾ, ਸੱਚੀ ਮੁੱਚੀ ਗੱਲ ਹੈ, ਜਦੋਂ ਡੋਰ ਗਾਟੀਆਂ ਵਿੱਚ ਦੀ ਡੋਰ ਘਟ ਜਾਣੀ ਨਾ, ਤਾਂ ਫਿਰ ਉਹ ਇੰਨੀ ਕਰਾ ਜਾਣੀ, ਫਿਰ ਉਹਨਾਂ ਰਗੜੇ ਸ਼ੁਰੂ ਹੋ ਜਾਣੇ। ਪਿਛਲੇ ਨੂੰ ਲੱਗ ਗਈ, ਤੂੰ ਕਿਦਾਂ ਜਿਸਕੀ ਮਿਸਕੀ ਕਹਿੰਦਾ। ਮੈਂ ਬੜੇ ਆਰਾਮ ਸੇ, ਦੋ ਲੜਕੀਆਂ, ਇੱਕ ਇਧਰ ਮੇਰੀ ਕਜ਼ਨ ਖੜੀ ਹੋਈ ਸੀ, ਇੱਕ ਇਧਰ, ਤੋ ਮੈਂ ਐਸੇ ਚਾਰ ਫੈਂਕਦੀ ਥੀ, ਫਿਰ ਬਾਅਦ ਇੱਕ ਹੱਥ ਮੇਂ ਪਕੜਤੀ ਥੀ, ਉਸਕੇ ਸੇ ਟੱਕ ਕਰਕੇ ਲਗਾ। ਅੱਛਾ, ਜਿੱਥੇ ਪਿੱਲ ਪਾਈ ਦੇ ਸੀ ਉਹਨੂੰ ਕੀ ਕਹਿੰਦੇ ਆ? ਖੁੱਤੀ ਖੁੱਤੀ ਸਾਡੇ ਕੋ ਬਦਮਾਸ਼ ਹੁੰਦਾ ਸੀ, ਯਾਨੀ ਕਿ ਬਚਪਨ ਯਾਦ ਆ ਗਿਆ ਇਹ ਗੱਲਾਂ ਤੋਂ, ਯਾਨੀ ਕਿ ਸਾਡੇ ਮੁਹੱਲੇ ਦਾ ਬਦਮਾਸ਼ ਹੁੰਦਾ ਸੀ ਨਾ, ਉਹਨੇ ਖੁੱਤੀ ਵਿੱਚ ਪਾਣੀ ਛੱਡ ਜਾਣਾ, ਉਹਨੂੰ ਢਾਈ ਫੁੰਡੀ ਕਹਿੰਦੇ ਹੁੰਦੇ ਸੀ, ਢਾਈ ਫੁੰਡੀ ਦਿਓ ਯਾਰ, ਉਹ ਢਾਈ ਫੁੰਡੀ ਤੋਂ ਜਾਨੀ ਟੈਕਸ ਹੁੰਦਾ ਸੀ। ਅੱਛਾ, ਉਸ ਵਕਤ ਤਾਂ ਬਚਪਨ ਦੇ ਹਿਸਾਬ ਨਾਲ ਟੈਕਸ ਨੂੰ ਜਾਨੀ ਕਿ ਢਾਈ ਫੁੰਡੀ ਕਿਹਾ ਜਾਂਦਾ ਸੀ, ਢਾਈ ਫੁੰਡੀ ਰਾਤ ਕੋ ਨਾ ਲੋਕੋ ਕੇ ਦਰਵਾਜ਼ੇ ਵਿੱਚ ਕਾ ਕੇ ਭਾਗ ਜਾਂਦੇ। ਤੂੰ ਓਏ ਉਹਨਾਂ ਕਰਦਾ ਹੁਣ ਤਾਂ, ਅਗਲੇ ਨੇ ਕਹਿਣਾ ਸੀ ਦਰਵਾਜ਼ਾ, ਹੁਣ ਤੈਨੂੰ ਜਾਨ ਨਹੀਂ ਜਾਣਾ, ਜਿਹਨੇ ਤੈਨੂੰ ਫੜ ਲਿਆ ਨਾ ਉਹਨੇ ਤੈਨੂੰ ਬਹੁਤ ਮਾਰਨਾ, ਜਾਨ ਨਹੀਂ ਦੇਣਾ। ਬਚਪਨ ਹੁੰਦਾ ਸੀ ਛੋਟੇ, ਜਦੋਂ ਬੈਲ ਖੜਕਾ ਕੇ ਦੇਣਾ, ਪਤਾ ਨਹੀਂ ਲੱਗਣਾ ਕੀ ਯਾਰ ਬਚਪਨ ਨੇ ਸਾਗਾ ਬੰਨ ਦੇਣਾ ਕਿਸੇ ਦੀ ਕੁੰਡੀ ਦੇ ਨਾਲ। ਮੇਰੇ ਬਚਪਨ ਦੇ ਦਿਨ ਕਿੰਨੇ ਅੱਛੇ ਦਿਨ ਦਿੰਦੇ ਯਾਰ, ਬਚਪਨ ਢਾਈ ਫੁੰਡੀ ਹੈ, ਢਾਈ ਫੁੰਡੀ ਯਾਰ, ਬਚਪਨ ਬੜਾ ਅੱਛਾ ਯਾਦ। ਅਗਰ ਬਚਪਨ ਦੇ ਵਿੱਚ ਕਿਸੇ ਬਲਾੜੀ ਕੇ ਨਾ ਚੜਿਆ ਹੋਵੇ ਤੇ ਫੇਰ ਤਾਂ ਬੜਾ ਬਚਪਨ ਯਾਦ ਆਉਂਦਾ ਬੰਦਾ ਕਹਿੰਦਾ ਯਾਰ, ਬਚਪਨ ਸੱਚੀ ਮੁੱਚੀ ਬੜਾ ਯਾਦ ਯਾਰ। ਇੱਕ ਹੁੰਦੀ ਸੀ ਸਾਂਝੀ, ਸਾਂਝੀ ਸਾਂਝੀ ਪਾ ਲੈਣੀ, ਸਾਂਝੀ ਯਾਨੀ ਖਰੋਟ ਇਕੱਠੇ ਨੇ ਇੱਕ ਜਗ੍ਹਾ ਤੇ ਇਕੱਠੇ ਕਰ ਲਏ, ਤੋ ਸਾਂਝੀ ਹੋ ਜਾਂਦੀ ਯਾਰ, ਤੇਰੀ ਮੇਰੀ ਸਾਂਝੀ ਹੈ ਯਾਰ, ਤੇ ਸਾਂਝੀ ਵੀ ਹੁੰਦੀ ਸੀ ਕਿ ਫਿਰ ਉਸ ਤੋਂ ਬਾਅਦ ਡੱਬੀਆਂ ਵੀ ਖੇਡਦੇ ਹੁੰਦੇ ਸੀ, ਡੱਬੀਆਂ ਖੇਡਦੇ ਹੁੰਦੇ ਸੀ। ਫਿਰ ਇੱਕ ਹੋਰ ਚੈਨਲ ਸੀ ਚੱਲਿਆ, ਯਾਨੀ ਕਿ ਇਹ ਕੋਈ ਕਹਿਣਾ ਨਾ ਕਿਸੇ ਨੇ ਆਲੂ ਤੇਰਾ ਬਣਾ ਮੁੱਕਾ ਜਾਦੂ ਕਰ ਮੁੱਕਾ ਰੱਖ ਲਿਆ, ਤੇ ਮੁੱਕਾ ਮੁੱਕਾ ਜੀ ਨੇ ਨਹੀਂ ਰੱਖਣਾ, ਉਹਨੇ ਐ ਰੱਖੀ ਜੂਗਾ, ਮੁੱਕਾ ਵੱਜ ਰਹੇ ਨੇ ਬੜੇ ਬੜੇ ਮੁੱਕੇ ਵੱਜ ਰਹੇ। ਫਿਰ ਕੋਈ ਕਹਿਣਾ ਮੇਰੀ ਮਨ ਮਰਜ਼ੀ ਸਟੋਪ ਵੀ ਕਰਾ ਦੇਣਾ। ਅੱਛਾ, ਮੁੱਕਾ ਜਿਹੜਾ ਹੁੰਦਾ ਸੀ ਨਾ ਮੁੱਕਾ, ਉਹ ਬੜਾ ਬੜੀ ਔਖੀ ਗੇਮ। ਅਬ ਹਮ ਇਹ ਹਮ ਆਪਣੇ ਡਰਾਮੇ ਕੀ ਇੱਕ ਬਾਤ ਕਰੇ। ਹਾਂ, ਡਰਾਮੇ ਦੀ। ਅੱਜ ਹਮ ਡਰਾਮਾ ਕਰ ਰਹੇ ਹੈਂ, ਬਹੁਤ ਅੱਛਾ ਡਰਾਮਾ ਹੈ ਜਿਸ ਦਾ ਨਾਮ ਹੈ ਜਸ਼ਨੇ ਬਹਾਰਾਂ, ਔਰ ਹਮਾਰੇ ਸਾਥ ਕਾਸਟ ਵੀ ਬੜੀ ਖੂਬਸੂਰਤ ਹੈ। ਕਿਹੜੀ ਕਿਹੜੀ ਕਾਸਟ ਦੱਸੋ। ਜਿਸਮੇ ਹੈ ਸੁਪਰ ਸਟਾਰ ਗੁਲਫਾਮ ਜੀ ਆ ਰਹੇ ਹੈਂ ਲਾਹੌਰ ਸੇ, ਗੁਲਫਾਮ ਆ ਰਹੇ ਹੈਂ, ਔਰ ਹਮਾਰੇ ਸਾਥ ਹੈ ਸੁਪਰ ਸਟਾਰ ਰਾਸ਼ਿਦ ਕਮਾਲ ਹੈ, ਔਰ ਹਮਾਰੇ ਸਾਥ ਹੈ ਜੀ ਚਾਹਤ ਬਲੋਚ ਹੈ, ਔਰ ਸਾਥ ਵਫਾ ਅਲੀ ਹੈ, ਔਰ ਮੈਂ ਆਪਕੀ ਫਰੀਹਾ ਖਾਨ ਹੂੰ, ਇਹ ਹਮਾਰੀ ਫੇਵਰਟ ਹੈ, ਫਰੀਹਾ ਖਾਨ ਮੇਰੀ ਫੇਵਰਟ ਹੈ, ਔਰ ਸਾਥ ਸੋਬੀਆ ਖਾਨ ਹੈ, ਔਰ ਤਸਲੀਮ ਸਾਹਿਬ ਹੈ ਬਹੁਤ, ਔਰ ਫੈਸਲ ਰਾਮੇ ਹੈ, ਹੁਸਨੈਨ ਹੈ, ਔਰ ਵੀ ਫਲਕ ਸ਼ੇਰ ਹੈ, ਫਲਕ ਸ਼ੇਰ ਹੈ, ਰਿਹਾਨ ਕਮਾਲ ਹੈ, ਰਿਹਾਨ ਕਮਾਲ ਹੈ, ਔਰ ਰਾਣੇ ਜੁਮੇ ਦਾ ਤਾਂ ਆਪਨੇ ਬੋਲੇ ਹੀ ਨਹੀਂ, ਜੁਮਾ ਜੀ ਵੀ ਹੈ, ਉਹ ਵਾਸੇ ਰਹਿਣ ਦੇ, ਤਬਸਮ ਜੀ ਹੈ, ਤਬਸਮ ਸਦੀਕ ਤਬਸਮ ਸਾਹਿਬ, ਸ਼ੁਕਰ ਕੋਡੂ, ਸਾਰੀ ਟੀਮ ਜਿਹੜੀ ਇਹਨਾਂ ਨੂੰ ਤੁਹਾਨੂੰ ਗਣਾ ਦਿੱਤੀ ਹੈ, ਲੇਕਿਨ ਫਰੀਆ ਤੇਰੇ ਨਾਲ ਆਉਣ ਨਾਲ ਰੌਣਕ ਲੱਗ ਜਾਂਦੀ ਹੈ। ਰਿਹਾ ਅਫਸ਼ਾ ਦਾ ਨਹੀਂ ਬਤਾਇਆ ਆਪਨੇ? ਅਫਸ਼ਾ ਦਾ ਵੀ ਬਤਾਇਆ ਹੈ, ਯਾਨੀ ਕਿ ਆਪਕੀ ਨਜ਼ਰ ਮੇਂ ਉਹ ਅੱਛੀ ਹੈ, ਉਹ ਵੀ ਬਹੁਤ ਅੱਛੀ ਡਾਂਸਰ ਹੈ, ਯਾਨੀ ਕਿ ਫਰੀਆ ਖਾਨ ਦੀ ਨਜ਼ਰ ਮੇਂ ਜੀ ਅਫਸ਼ਾ ਖਾਨ ਬਹੁਤ ਅੱਛੀ ਹੈ, ਲੇਕਿਨ ਵਫਾ ਜੀ ਨਹੀਂ ਇਨਕੀ ਨਜ਼ਰ ਮੇਂ। ਨਹੀਂ ਨਹੀਂ ਨਹੀਂ, ਸਭ ਹੀ ਅੱਛੇ ਹਨ, ਸਾਰੀਆਂ ਚੰਗੀਆਂ। ਮੈਂ ਮਾਮਾ ਲੜਾਈ ਨਾ ਕਰਵਾ ਦੇ ਵੀਡੀਓ ਤੋਂ ਬਾਅਦ ਦਿਲ ਕਰੇ ਕੀ ਦਾ ਕਰੇ ਬਾਣ ਪੜ ਕੇ ਕਰਨ, ਨਹੀਂ ਮੈਂ ਤਾਂ ਲੜਨੀ ਛੇਤੀ ਪੈਂਦੀ ਹੈ, ਇਹਨਾਂ ਨੂੰ ਮਾੜਾ ਪਤਾ ਲੱਗਣਾ ਚਾਹੀਦਾ। ਪਤਾ ਮੈਂ ਕਿਸੇ ਸੇ ਮੇਰੀ ਅੱਜ ਤੱਕ
तुम इसलिए तो देखो ना तुम लड़ती नहीं हो लेकिन बाकी जड़ियां ने ना माड़ी माड़ी गल तो उन्हें क्यों किया नहीं नहीं लेकिन ये है मनोरवा थिएटर में सारे मुत्तहिद फनकार सब बहुत अच्छा ये हमारी फैमिली है फैमिली है हमारी जितने भी फनकार काम कर रहे कोई भी लड़ने वाला नहीं है वफादारी है माशाल्लाह वफादारी है कुड़ियां दे अपने रौले ने जेड़े मुंडियां दे अपने रौले कुड़ियां दा अक्सर जेड़ा इनदा रौला भला की हुंदा कि इनदा अक्सर जेड़ा यकीन करो ड्रेस कट जांदियां सही गल है यार ड्रेस कट दता या ड्रेस साड़ दता वा इनां नूं नवां ड्रेस पा के इक जगह ते टंगना बस सही गल है ते मुंडियां दी लड़ाई यही है कि यार रश तू मैनूं चाह नहीं पिलाई मैं नहीं तैनूं कपड़े खर्चे बहुत इन्होंने कपड़े ड्रेस मेरी आदत ये है मैंने जो एक वीक में ड्रेस पहन लेना ना वो दूसरे वीक में मैंने यूज नहीं करना मेरी मम्मा ने हमेशा मुझे न्यू ड्रेस पहनाया जब मैं स्टार्टिंग थी मेरी 15,000 पेमेंट भी थी तब भी मैंने नया ड्रेस पहना मेरी मम्मा ने आज तक यूज्ड टू ड्रेस नहीं पहना मैंने न्यू स्टिच करवा के पहना है इन्होंने ड्रेस दा ये फायदा ना इन्होंने ड्रेस कोई फील्ड दी कुड़ियां ले सकदी हैं और आम औरत को ड्रेस ले नहीं सकदी अपनी ड्रेस कभी किसी को नहीं दिए हां ड्रेस देना भी नहीं चाहिए अगला आज भी कल को कौन जिम्मेदार नहीं मेरी बात नहीं नहीं वो ड्रेस कोई ये होता ना यानी कि तवीज धागा वगैरह ये हमारे बड़ा इशू है मेरी मम्मा ने बाल बाल कंघे कंघा वगैरह बाल है ना ये भी कंघा भी नहीं देना चाहिए किसी को खासतौर घरेलू लेडीज भी हमें देखनी है जो कंघे के बाल है वो कभी ना अपने छोड़े तवीज धागा हमारे में कंघा नहीं किसी देता क्योंकि बाल जो नहीं दिता क्योंकि सारी जिंदगी तेन भी किसी ने नहीं दिता कसम खाली मैं पैसे तवीज धागे आम लगे मेरे भी काफी तवीज धागे बड़ा होया कसम है शादी हुई ठीक है फील्ड दिया काफी लड़कियां सी उन्हां दी ख्वाहिश सी कि मैं प्यारे गोलगप्पे से शादी हो सकता है हां तो फायदा बहुत आए अपने फ्रेंड्स को भी लेके आए बहुत अच्छे सॉन्ग्स कर रहे हैं और बहुत अच्छी एंट्री है और ये बड़ा अच्छा ड्रामा बड़ा खूबसूरत है बहुत खूबसूरत ड्रामा ड्रामा जेड़ा वा हमारे डायरेक्टर साहब जिशान साहब और सफदर साहब ने बड़ी एफर्ट की है इस ड्रामे के ड्रामे के प्रोडक्शन जो हमारी सखी लाल प्रोडक्शन जो है वो शानी तुम्हें पता ही है ये टीम ही राणा शानी होना थी राणा शानी जो असी है बंदे तुम्हें कहीं भी नजर आइए तो समझ लो कि उन्हां दा ही ड्रामा है राणा बास राणा शानी राणा शबाज साहब और चक्कू असलम जानवर बाहर ही बंद होते मझ दे बाबा जी मझ ने संगल तड़ा लिया ऐसा चुभी ना मझ ने है मैं लुकन मिट्टी खेलता हूं नहीं ना मैं कला लुकता फिर लभ जाता अच्छा मैडम हम आपसे एक सवाल करना चाहेंगे आपने कभी शक्कर भुजी खेली है शक्कर पूजी वो लेडीज नहीं वो मेल वो मेल के लेडीज लेडीज वो ये शक्कर पूजी वो खेलते थे करोड़ खेले करोड़ करोड़ नहीं करोड़ यार एक और अच्छा करोड़ देखो वो छलाक की पची पुन्ने मेरी मुड़ बाल्टी मुड़ जो होता है मुड़ जो दरख्त का मुड़ होता है ना उसे कहते हैं मुड़ और बाल्टी जिसमें पानी अच्छा जबान कच्चा पापड़ पक्का पापड़ कच्चा पापड़ पक्का पापड़ कच्चा पापड़ पक्का पापड़ हां जिना मार मेरे पानी में जहाज चलते थे नहर
नहीं नहीं मैं पानी में जहाज में आता अच्छा वो जड़े किश्ती पानी में चलते थे वो कागज से बना के छुट्टी देते जब खुशियों के दिन आते हैं ना तो अल्लाह ताला गम भी देते हैं बिल्कुल मगर बचपन जो है ना अब ये जो दौर है ना ये बस टेंशन ही है इंसान को और कुछ नहीं और सबसे पहले मैं एक रिक्वेस्ट है राशिद भाई और प्रिया जी से कि फनकार जो होता है ना वो बड़ा अनमोल होता है फनकार की अजमत को तराजू में ना तोलो फनकार हर दौर में अनमोल रहा है मैं ये कहना चाह रहा हूँ कि फनकार दुखी होता है वो अपने दुख छुपा के लोगों में मुस्कुराहटें यानी कि फैलाता है जैसे कि फरीहा जी हैं हाल ही में इनके वालिद मोहतरम की डेथ हुई है लेकिन ये फिर आपके सामने है इनके दुख मैं जानता हूँ ये खुद जानते हैं कभी किसी ने आँखें नहीं पड़ी फनकार की फनकार बहुत ज्यादा डिसहार्ड होते हैं लेकिन हमारी कोशिश होती है कि जो भी हमारे पास आए हमने उसको खुश करना है अपना गम दिखा नहीं सकते हम अपना गम जितना मर्जी परेशान हो कोई भी हो हमने आपको खुश करना होता है क्योंकि आप हमें देखने के लिए आते आप भी घर से टेंशन लेके हमें देखने के लिए आते हैं कि हम जो ड्रामा देख के जाके खुश हो जाएंगे मगर हम भी अंदर से टूटे होते हैं मगर हमने आपको अपने चेहरे पे मुस्कुराहट लेके बड़ा खूबसूरत चेहरा मैंने अली खान साहब से सुना था पर्दा गिरते ही चले जाते हैं तमाशा ही बहुत रोते हैं लोगों को हंसाने वाले वाह वाह वेरी गुड वेरी गुड तो जी ये शेर तो बाद फैसल अहमद साहब वाइंड अप करना चाहिए क्योंकि तुमने बड़ी अच्छी गल की थी ये शेर तो बाद फनकार को अप्रिशिएट करना चाहिए आप सब प्रोग्राम आना भी बड़ा अच्छा लगा इंशाल्लाह लेकिन ये भी प्रोग्राम का आज तो क्लोज कर रहे हैं लो जी सारा ड्रामा देखने वास्ते जरूर आना मिनर्वा सिनेमा के जश्न मनाओ जश्न ए बहारा बहुत खूबसूरत बहारा मुकम्मल कास्ट के साथ शुक्रिया